ਲੁਧਿਆਣਾ ਵਿੱਚ ਨਸ਼ਾ ਤਸਕਰਾਂ ਉੱਤੇ ਕਾਬੂ ਕਰਨ ਗਈ ਪੰਜਾਬ ਪੁਲਿਸ ਦੀ ਟੀਮ ਹੀ ਲੋਕਾਂ ਦਾ ਗੁੱਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦੇ ਤਾਜਪੁਰ ਰੋਡ ਸਥਿਤ EWS ਕਲੋਨੀ ਵਿੱਚ 15 ਕੇਸਾਂ ਵਿੱਚ ਲੁੜੀਂਦੇ ਨਸ਼ਾ ਤਸਕਰਾਂ ਨੂੰ ਪੁਲਿਸ ਕਾਬੂ ਕਰਨ ਲਈ ਗਈ। ਇਲਾਕੇ ਦੀਆਂ ਮਹਿਲਾਵਾਂ ਨੇ ਹਮਲਾ ਕਰਕੇ ਪੁਲਿਸ ਟੀਮ ਦੀ ਗੱਡੀ ਹੀ ਤੋੜ ਦਿੱਤੀ। ਹਾਲਤ ਇਹ ਸੀ ਕਿ ਪੁਲਿਸ ਦੇ ਜਵਾਨਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। DSP ਬਲਕਾਰ ਸਿੰਘ ਨੇ ਦੱਸਿਆ ਕਿ ਜੌਨੀ ਅਤੇ ਕਾਲੀ ਨਾਮਕ ਨੌਜਵਾਨ ਟੀਮ ਕਈ ਕੇਸਾਂ ਵਿੱਚ ਲੋੜੀਂਦੇ ਸਨ। ਜਦੋਂ ਪੁਲਿਸ ਦੀ ਟੀਮ ਇਹਨਾਂ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਤਾਂ ਜੌਨੀ ਦਾ ਪੁਲਿਸ ਦੀ ਗ੍ਰਿਫਤ ਵਿੱਚ ਆ ਗਿਆ, ਪਰ ਕਾਲੀ ਭੱਜਣ ਵਿੱਚ ਕਾਮਯਾਬ ਰਿਹਾ। ਇਸ ਦੌਰਾਨ ਕਾਲੀ ਦੇ ਸਮਰਥਕਾਂ ਪੁਲਿਸ ਟੀਮ ਉੱਤੇ ਹਮਲਾ ਕਰ ਦਿੱਤਾ ਅਤੇ ਪੁਲਿਸ ਦੀ ਗੱਡੀ ਪਾ ਦਿੱਤੀ। ਲੜਾਈ ਝਗੜਾ ਪਹਿਲੇ ਕਾ ਚੱਲ ਰਿਹਾ, 20-25 ਪੁਲਿਸ ਵਾਲੇ ਆਏ, ਕੋਈ ਖਿੱਚ ਤੱਕ ਕੇ ਡੰਡੇ ਮਾਰ ਰਹੇ, ਲਾਠੀਆਂ ਮਾਰ ਰਹੇ, ਪਕੜ ਕੇ ਇੱਕਦਮ ਸੇ ਨਜਾਇਜ਼ ਲੈ ਜਾ ਰਹੇ। ਉਨਕੋ ਛੁਟਾ ਰਹੇ ਵੀ ਛੋੜ ਦੇਂਗੇ, ਕੋਈ ਗਲਤੀ ਨਹੀਂ। ਫਿਰ ਉਨਕੇ ਪੇ ਵੀ ਡੰਡੇ ਮਾਰਨੇ ਲੱਗੇ, ਇਨਕੇ ਲਾਤ ਮਾਰ ਕੇ ਮਿਸਗੈਰਿਜ ਕਰ ਦਿਆ, 3 ਮਹੀਨੇ ਕਾ ਬੱਚਨ ਕਾ ਮਿਸਗੈਰਿਜ ਹੋ ਗਿਆ। ਠੀਕ ਹੈ, ਉਨਕੇ ਇੱਟ ਮਾਰੀ, ਦੇਖੋ ਉਨਕਾ ਪੂਰਾ ਸਿਰ ਫਟ ਗਿਆ। ਹਮ ਯਹਾਂ ਪੇ ਬੈਠੇ, ਹਮਾਰਾ ਬੰਦਾ ਛੋੜ ਦੋ, ਹਮ ਧਰਨਾ ਹਟਾ ਦੇਂਗੇ। ਹਮਾਰਾ ਬੰਦਾ ਪਕੜਾ ਹੋਇਆ ਨਜਾਇਜ਼ ਅੰਦਰ ਸਰ ਜੀ। ਪੁਲਿਸ ਹਮਾਰੀ ਸੁਣਵਾਈ ਕਿਸੀ ਵੀ ਤੌਰ ਸੇ ਨਹੀਂ ਕਰੀ। ਦੋਨਾਂ ਗਰੁੱਪਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਪਰਚੇ ਦਰਜ ਹੈਗੇ ਆ। ਔਰ ਜਿਹੜਾ ਜੌਨੀ ਸੀਗਾ ਉਹ ਸਾਨੂੰ 2 ਕੇਸਾਂ ਦੇ ਵਿੱਚ ਵਾਂਟਡ ਸੀਗਾ, ਗ੍ਰਿਫਤਾਰ ਕੀਤਾ ਹੈਗਾ। ਔਰ ਜਿਹੜਾ ਕਾਲੀ ਗਰੁੱਪ ਹੈ ਉਸ ਦੇ ਖਿਲਾਫ ਵੀ ਕੇਸਿਸ ਆ, ਜਿਹੜੇ ਬੰਦੇ ਵਾਂਟਡ ਹੈ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਪ੍ਰੋਪਰ ਕਾਰਵਾਈ ਕਰਾਂਗੇ। ਉੱਥੇ ਤਕਰਾਰ ਹੋਇਆ, ਇਸ ਬਾਰੇ ਮੈਂ ਸਾਰੀ ਸਿਚੁਏਸ਼ਨ ਵੇਖ ਕੇ ਵੈਰੀਫਾਈ ਕਰਕੇ